मैं एक कस्टमर नु पहला दिखाई सी, उन्हें नु यही चीज चाहिदी आ। ਉਹ ਮੇਰੇ ਕਸਟਮਰ ਇਹੀ ਚੀਜ਼ ਚਾਹੀਦੀ, ਉਹਨੇ ਪਸੰਦ ਆਈ ਹੋਈ ਆ ਉਹ ਸਾਈਡ ਤੇ ਬਈ, ਕੋਈ ਨਹੀਂ ਮਾਲ ਖੋਲਦਾ ਪਿਆ ਥੱਲੇ, ਉਹ ਦਿਨ ਮੈਂ ਨਹੀਂ ਖੋਲਦਾ ਨਹੀਂ, ਉਹ ਤੁਸੀਂ ਆਪਣੇ ਕਸਟਮਰ ਨੂੰ ਵੇਟ ਕਰਾ ਲਓ। ਮਤਲਬ ਹਾਫ ਜੈਕਟ ਤੋਂ ਬਾਅਦ ਜੇ ਅਸੀਂ ਫੁੱਲ ਜੈਕਟ ਤੇ ਆਈਏ ਤੇ ਫੁੱਲ ਜੈਕਟ ਦੇ ਵਿੱਚ ਕੁਝ ਜ਼ਿਆਦਾ ਪੇ ਨਹੀਂ ਕਰਨਾ, ਸਿਰਫ ਔਰ ਸਿਰਫ 100 ਰੁਪਏ ਵਧਨੇ ਤੇ 100 ਰੁਪਏ ਦੇ ਅੰਦਰ ਤੁਹਾਨੂੰ ਫੁੱਲ ਜੈਕਟ ਵੀ ਮਿਲਦੀ ਪਈ ਹੈ। ਐਨੀ ਠੰਡ ਪੈਂਦੀ ਹੈ ਕਹਿੰਦੇ ਗਰਮੀ ਸਾਨੂੰ ਦਿਲ ਲੱਗੀ ਜਾਂਦੇ, ਦੇਖੋ ਮਾਰੇ ਹੀਟਰ ਨਹੀਂ ਲਾਇਆ ਪਰ ਸਾਡੇ ਕੱਪੜੇ ਹੀਟਰ ਨਾਲ ਜ਼ਿਆਦਾ ਜ਼ਿਆਦਾ ਗਰਮ ਹੈਗੇ, ਦੇਖੋ। ਜਰਾਬਾਂ ਨਾਲ ਵੀ ਸਸਤੀਆਂ ਸਾਨੂੰ ਜੈਕਟਾਂ ਮਿਲ ਜਾਣੀਆਂ ਵੱਡੇ ਡਿਪੂ ਤੋਂ, ਹਕੀਕਤ ਹੈ ਵੀ। ਹਜੀ ਜੀ ਮੈਨੂੰ ਪਤਾ ਲੱਗਿਆ ਕਿ ਤੁਸੀਂ ਮੁਫਤ ਦੇ ਵਿੱਚ ਘੜੀਆਂ ਦੇ ਜਾਂਦੇ ਹੋ, ਕੱਪੜੇ ਦੇ ਜਾਂਦੇ ਹੋ, ਮੈਂ ਸੁਣਿਆ ਸੀ ਕਿਸੇ ਤੋਂ, ਤੇ ਇਹ ਕਿਵੇਂ ਮਤਲਬ ਕੀ ਸੀਨ ਕੀ ਇਸ ਚੀਜ਼ ਦਾ? ਜਿੱਦਾਂ ਹੁਣ ਕੁੜੀਆਂ ਮੁੰਡੇ ਆਈਲੈਟਸ ਕਰਦੇ ਆ ਨਾ, ਆਈਲੈਟਸ ਕਰਕੇ ਉਹਨੇ ਸ਼ਾਪਿੰਗ ਕਰਨੀ ਹੁੰਦੀ ਹੈ ਕੱਪੜੇ ਲੈਣੇ ਵਧੀਆ ਵਧੀਆ, ਤੇ ਮਾਰੇ ਵੱਡੇ ਡਿਪੂ ਆਉਂਦੇ ਆ, ਫਿਰ ਟਿਕਟਾਂ ਬੁੱਕ ਕਰਾ ਲੈਂਦੇ ਆ ਵੱਡੇ ਡਿਪੂ ਆ ਕੇ ਸ਼ਾਪਿੰਗ ਕਰਕੇ, ਮਾਰੇ ਸਿੱਧੇ ਪਾਰਸਲ ਇੱਥੋਂ ਜਾਣ ਲਾਪਾਂ ਦੇ ਬਾਹਰ ਨੂੰ। ਲੋਹੜੀ ਕਰਕੇ ਸਪੈਸ਼ਲ ਜੈਕਟ ਆਈ ਆ, ਇਹ 'ਚ ਆਪਾਂ ਮੂੰਗਫਲੀ ਪਾਲਣੀ ਹੈ, ਇਹ 'ਚ ਆਪਾਂ ਪਾਲਣੇ ਰੇੜੀਆਂ ਪਾਲਣੀਆਂ, ਠੀਕ ਹੈ, ਇਹ 'ਚ ਆਪਾਂ ਜਿਹੜੀ ਆਪਾਂ ਛਿੱਲੜ ਹੋਣੇ ਉਹ ਪਾਲਣੇ ਆ, ਇਹ 'ਚ ਆਪਾਂ ਮਾਰੇ ਗੁੜ ਪਾਲਣਾ ਆ। ਹਕੀਕਤ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਅਸੀਂ ਆ ਚੁੱਕੇ ਹਾਂ ਵੱਡੇ ਡਿਪੂ ਦੇ ਅੰਦਰ ਤੇ ਅਸੀਂ ਕੀ ਦੇਖ ਰਹੇ ਹਾਂ, ਇਹ ਦੋਵੇਂ ਤਾਂ ਲੜਦੇ ਪਏ ਨੇ। ਇਹ ਵੀਡੀਓ ਪਿਛਲੀ ਵੀਡੀਓ ਦੇ ਵਿੱਚ ਆਪਾਂ ਇੱਕ ਜੈਕਟ ਦਿਖਾਈ ਸੀ ਇਹਨਾਂ ਨੇ, ਤੇ ਜਿਸ ਕਰਕੇ ਸਾਨੂੰ ਲੋਕਾਂ ਦੇ ਮੈਸੇਜ ਤੇ ਮੈਸੇਜ ਤੱਕ ਫੋਨਸ ਤੇ ਫੋਨਸ ਆ ਰਹੇ ਨੇ ਕਿ ਸਾਨੂੰ ਉਹ ਜੈਕਟ ਦੀ ਵੈਰਾਈਟੀ ਹੋਰ ਦੇਖਣੀ ਹੈ, ਕਿਉਂਕਿ ਬਾਹਰ ਤਾਂ ਬਹੁਤ ਜ਼ਿਆਦਾ ਮਾਹੌਲ ਖਰਾਬ ਹੋਇਆ ਹੈ, ਠੰਡ ਪੈ ਰਹੀ ਹੈ ਬਹੁਤ ਜ਼ਿਆਦਾ, ਪਰ ਇੱਥੇ ਮੈਂ ਕੀ ਦੇਖ ਰਹੀ ਹਾਂ, ਹਰਜੀਤ ਜੀ ਤੇ ਪ੍ਰਵੀਰ ਮੈਡਮ ਤੁਸੀਂ ਪਹਿਲਾਂ ਹੀ ਲੜਨ ਲੱਗੇ ਹੋਏ ਹੋ, ਕੀ ਗੱਲ ਕੀ ਹੋ ਗਈ ਆ? ਇਹ ਜੈਕਟ ਮੇਰੇ ਕਸਟਮਰ ਨੂੰ ਪਸੰਦ ਆ ਚੁੱਕੀ ਆ, ਇਹ ਕਹਿੰਦੇ ਆ ਕਿ ਨਹੀਂ ਮੈਂ ਹੀ ਲੈ ਕੇ ਜਾਣੀ ਆ, ਮੈਂ ਆਪਣੇ ਕਸਟਮਰ ਨੂੰ ਦੇਣੀ ਆ, ਮੈਂ ਆਪਣੇ ਕਸਟਮਰ ਨੂੰ ਨਾਰਾਜ਼ ਥੋੜੀ ਕਰਨਾ ਆ। ਤੇ ਹਰਜੀਤ ਜੀ ਤੁਹਾਨੂੰ ਕੀ ਹੋ ਗਿਆ? ਮੇਰੇ ਕਸਟਮਰ ਪਸੰਦ ਆਈ, ਮੈਂ ਵੀ ਆਪਣੇ ਕਸਟਮਰ ਨਾਰਾਜ਼ ਨਹੀਂ ਕਰਨਾ ਹੈਗਾ ਜੀ, ਠੀਕ ਹੈ। ਤੁਸੀਂ ਦੋਵੇਂ ਆਪਣੇ ਕਸਟਮਰ ਨਾਰਾਜ਼ ਕਰੋ ਨਾ ਕਰੋ, ਆ ਜੈਕਟ ਤਾਂ ਹੁਣ ਮੈਂ ਲੈ ਕੇ ਜਾਣੀ ਹੈ, ਇਹ ਜੈਕਟ ਮੇਰੀ ਹੋ ਗਈ ਹੈ, ਚਲੋ ਜੈਕਟ ਤਾਂ ਮੈਂ ਲੈ ਲਈ ਹੈ, ਤੇ ਤੁਹਾਡੇ ਦੋਨਾਂ ਦੇ ਵਿੱਚ ਲੜਾਈ ਵੀ ਖਤਮ ਹੋ ਚੁੱਕੀ ਹੈ, ਤੇ ਪਰ ਕੀ ਚੱਕਰ ਕੀ ਹੈ ਇਹੋ ਜਿਹਾ ਕਿ ਇੱਥੇ ਜੈਕਟ ਪਿੱਛੇ ਲੜਾਈ ਤਾਂ ਮੈਨੂੰ ਲੱਗਦਾ ਹੋ ਰਹੀ ਹੈ, ਲੜਾਈ ਦਾ ਰੀਜ਼ਨ ਜਿਹੜਾ ਮੇਨ ਹੈਗਾ ਉਹ ਹੈ ਇੱਧਰ ਦੇ ਪ੍ਰਾਈਸ, ਤੇ ਕੀ ਸੀਨ ਕੀ ਹੈ ਇੱਧਰ ਦਾ ਉਹ ਪੁੱਛਦੇ ਹਾਂ। ਹਾਂਜੀ ਇੱਧਰ ਦਾ ਸੀਨ ਇਹ ਗੱਲ ਆ, ਕਿਉਂਕਿ ਇੱਥੇ ਦੇ ਪ੍ਰਾਈਸ ਬਹੁਤ ਜ਼ਿਆਦਾ ਘੱਟ ਆ ਜੀ, ਇਸ ਕਰਕੇ ਇਸ ਚੀਜ਼ ਦੀ ਲੜਾਈ ਹੋ ਰਹੀ ਹੈ, ਕਿਉਂਕਿ ਕਸਟਮਰ ਨੂੰ ਉਹ ਚੀਜ਼ ਪਸੰਦ ਆ ਗਈ ਆ, ਜ਼ਿਆਦਾ ਚੀਜ਼ਾਂ ਮਤਲਬ ਕਿ ਜ਼ਿਆਦਾ ਰੇਟ ਲੋਕ ਨਹੀਂ ਅਫੋਰਡ ਕਰ ਸਕਦੇ, ਕਿਉਂਕਿ ਆਪਾਂ ਨਹੀਂ ਬਜਟ ਹੁੰਦੀ ਇਸ ਚੀਜ਼ ਦੀ, ਇਸ ਕਰਕੇ ਇਸ ਚੀਜ਼ ਦੀ ਲੜਾਈ ਸੀ। ਉਸ ਕਸਟਮਰ ਨੂੰ ਵੀ ਉਹੀ ਚੀਜ਼ ਪਸੰਦ ਆਈ ਸੀ ਤੇ ਮੇਰੇ ਵਾਲੇ ਕਸਟਮਰ ਨੂੰ ਵੀ ਉਹੀ ਚੀਜ਼ ਪਸੰਦ ਆਈ ਸੀਗਾ। ਇਹੋ ਜਿਹਾ ਕੀ ਪ੍ਰਾਈਸ ਹੈ ਤੁਹਾਡੀ ਜੈਕਟਾਂ ਦਾ ਕਿ ਤੁਹਾਡੇ ਪਿੱਛੇ ਇੱਧਰ ਪ੍ਰਾਈਸ ਪਿੱਛੇ ਲੜਾਈਆਂ ਹੋ ਰਹੀਆਂ ਨੇ? ਹਾਂਜੀ ਪ੍ਰਾਈਸ ਪਿੱਛੇ ਲੜਾਈਆਂ ਹੁੰਦੀਆਂ ਨੇ। ਦੇਖੋ ਜੀ ਆਹ ਹਾਫ ਸਲੀਵ ਜੈਕਟ ਆ, ਪੂਰੀ ਪ੍ਰੋਪਰ ਫਰ ਲੱਗੀ ਹੋਈ ਆ, ਕਿੰਨਾ ਸੋਹਣਾ ਇਹਦਾ ਕਲਰ ਆ, ਕਿੰਨੀ ਫਿਨਿਸ਼ਿੰਗ ਕੀਤੀ ਹੋਈ ਹੈ ਇਹਦੇ ਉੱਤੇ, ਇਹਦਾ ਪ੍ਰਾਈਸ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ, ਸਿਰਫ 595 ਰੁਪਏ। ਸਿਰਫ 595 ਰੁਪਏ ਦੇ ਵਿੱਚ ਤੁਸੀਂ ਦੇਖ ਸਕਦੇ ਹੋ, ਕੈਪ ਵੀ ਪ੍ਰੋਪਰ, ਹੁੱਡੀ ਵੀ ਅਵੇਲੇਬਲ ਹੈ, ਕੈਪ ਅਵੇਲੇਬਲ ਹੈ, ਤੇ ਅੰਦਰ ਵੀ ਪ੍ਰੋਪਰ ਉਹ ਫਰ ਲੱਗੀ ਹੋਈ ਹੈ, ਐਡੀ ਗਰਮ, ਤੇ ਸਿਰਫ ਅਸੀਂ 595 ਰੁਪਏ ਦੇ ਵਿੱਚ। ਹਾਂਜੀ ਹਾਂਜੀ ਹਾਂਜੀ, ਜਿੱਦਾਂ ਤੁਸੀਂ ਸ਼ੌਕ ਹੋ ਰਹੇ ਹੋ ਇਹ ਚੀਜ਼ਾਂ ਦਾ ਪ੍ਰਾਈਸ ਦੇਖ ਕੇ, ਸਾਰੇ ਹੀ ਇਸ ਤਰ੍ਹਾਂ ਸ਼ੌਕ ਹੁੰਦੇ ਆ ਜੀ। ਹੁਣ ਮੈਨੂੰ ਸਮਝ ਆ ਰਿਹਾ ਕਿ ਪ੍ਰਾਈਸ ਪਿੱਛੇ ਲੜਾਈ ਹੋ ਕਿਉਂ ਰਹੀ ਹੈ। ਹਾਂਜੀ ਆ ਦੇਖੋ, ਹੁਣ ਇਹਨੂੰ ਉਹਨੂੰ ਬਾਹਾਂ ਹੈ ਨਹੀਂ ਸੀ, ਇਹਨੂੰ ਬਾਹਾਂ ਲਾ ਦਿੱਤੀਆਂ, ਸਿਰਫ ਰੇਟ ਰੇਟ ਕਿੰਨਾ, ਸਿਰਫ 695 ਰੁਪਏ। ਮਤਲਬ ਹਾਫ ਜੈਕਟ ਤੋਂ ਬਾਅਦ ਜੇ ਅਸੀਂ ਫੁੱਲ ਜੈਕਟ ਤੇ ਆਈਏ ਤੇ ਫੁੱਲ ਜੈਕਟ ਦੇ ਵਿੱਚ ਕੁਝ ਜ਼ਿਆਦਾ ਪੇ ਨਹੀਂ ਕਰਨਾ, ਸਿਰਫ ਔਰ ਸਿਰਫ 100 ਰੁਪਏ ਵਧਨੇ ਤੇ 100 ਰੁਪਏ ਦੇ ਅੰਦਰ ਤੁਹਾਨੂੰ ਫੁੱਲ ਜੈਕਟ ਵੀ ਮਿਲਦੀ ਪਈ ਹੈ। ਮਤਲਬ ਹੁਣ ਤਾਂ ਮੈਨੂੰ ਲੱਗਦਾ ਇੱਧਰ ਤਾਂ ਦੰਗੇ ਹੋਣੇ ਹੁੰਦੇ ਹੋਣੇ ਆ, ਕੀ ਗੱਲ? ਹਾਂਜੀ ਹਾਂਜੀ, ਇਹ ਚੀਜ਼ ਤਾਂ ਹੋਊਗੀ ਜੀ, ਕਿਉਂਕਿ ਸਾਰਿਆਂ ਦੇ ਬਜਟ ਦੇ ਵਿੱਚ ਆਉਂਦਾ ਆ ਇਹ ਚੀਜ਼ਾਂ, ਸਾਰੇ ਇਸ ਚੀਜ਼ ਨੂੰ ਖਰੀਦ ਸਕਦੇ ਆ, ਜਿਹੜੇ ਇਹਨਾਂ ਚੀਜ਼ਾਂ ਦੇ ਸੁਪਨੇ ਦੇਖਦੇ ਸੀ ਕਿ ਹਾਂ ਅਸੀਂ ਆਹ ਚੀਜ਼ਾਂ ਸ਼ਾਇਦ ਪਹਿਨ ਸਕੀਏ ਜਾਂ ਕਿੱਦਾਂ ਜਾਂ ਕੁਛ ਵੀ ਨਾ, ਇਸ ਕਰਕੇ ਉਹ ਇੱਥੇ ਵੱਡੇ ਡਿਪੂ ਆਣ ਕੇ ਆਪਣੇ ਸਾਰੇ ਸੁਪਨੇ ਪੂਰੇ ਕਰ ਸਕਦੇ ਆ ਜੀ।
सुपने तो सही गल है, पूरे तो होने ही है। ते हरजीत जी तुसी दसो, दंगे तो नहीं होंगे इतने? इतने मेरे गाहक लड़ पाते आपस में, दंगे तो साढ़े देखे पहली बार इतने आने। रोज आया करो, तुम्हें पता लगे तुम आया बे टाइम जी आया, मेरे टाइम सर आया करो। इस करके अभी बिजी होने, पता टू मच क्राउड होंगे इतने, फिर तुम टाइम देना बहुत मुश्किल हो जाता है। हरजीत जी भी दुखी हो चुके ने साडे नालों कि असी उन्हां कोल आ जांदे आ कि तुहानूं सानूं वैरायटी दिखाओ, इधर दंगे कानू हो रहे ने, ते इस करके वह भी साडे तो दुखी ने। पर इहो जी की वैरायटी है मुंडिया दे विच भी तुसीं मैनूं दिखाओगे? हेलो, मैं तुम्हें प्रवीण मैंने चानना पा गया वरायटी, हम आप भी तुम चानना पाने जी। ठीक है जी, तो यह देखो किन्ने किन्ने सोने सिलेक्ट सिलेक्ट पीस हम दिखा रहे हैं आप। देखो सिर्फ 695 रुपए जी, दिखाली हो नहीं 595 तक, सबको 995 रेंज आ गया। खुला डोला साइज है, 5XL पीस आ गया जी। ठीक है, नाले दूजे देखो नाले 5XL पीस है, बच्चे फर लगी हुई है ब्लैक कलर की, तुम्हें काफ़ी कलर मिल जाने, साइज मिल जाने, स्टाइल हर तरह मिल जाने, चॉइस तुम लेके देख सकते। 895 देखो किन्ने प्यारे स्टाइल आज, जैप भी देखो मारे पूरी आवाजा आदि ची ची दवाजा आदि, देखो जैप दी जो तुम पालने मारे इधर कनेडा हमने मंगाई लगती है। मतलब प्राइस के ना साइज की भी कोई दिक्कत नहीं है, मोटे तो मोटा तो पतले तो पतला बंदा भी पा सकता है। फर मैं कहनी कोई घाट नहीं रखी हुई, मेरे घाट कोई नहीं है। देखो पॉकटा भी देखो जैप लगी हुई है, जो तुम मर्जी अपना समान पा सकते, कि पॉकट पाइए कोई सेल फोन डैपन का पैसे फिर डैपन के पर्सन ये तुम्हें फायदा ही फायदा थोड़ा बच्चे। हाँ देखो जी, ए भी किन्ने किन्ने पैर स्टाइल आ चुके हैं जी। ये सू हाफ स्लीव पैनी है जी, ये सू पैनी सिर्फ 495 रेंज है जी। ए जैप लगी हुई है बकायदा, तो फर लगी हुई इन साइड, हर बच्चे फर लगी हुई है, तुम्हें फायदे फायदे होने जी। देखो आह एक बहुत सोहनी स्टाइल आ चुका, कलर भी बहुत सोहना है, ये भी सू पैना 495 रेंज है जी। पॉकटा देखो महाराज, इंग्लैंड वाली पॉकटा नहीं चल दी अच्कल चीज़ा, वो तुम्हें बड़े डिपू मिल जाए। देखो हर तरह का कलर है, हर तरह स्टाइल है, तुम हम बहुत मंगवा की लड़ नहीं, बड़े डिपू आ गया अपनी चॉइस के अकॉर्डिंग लेके जा सकते। देखो आह स्पैशल जैकेट आई है जी, लोहड़ी करके स्पैशल जैकेट आई है। ए च आप मूंगफली पालनी है, ए च आप पालने रेड़ियाँ पालनी है, ठीक है। ए च आप जी आप छिलड़ होने वो पालने हैं, ये च आप माड़े गुड़ पालना है, ठीक है। थोड़ा फायदा फायदा होना महाराज, 2-in-1 वाला काम करना है, सिर्फ 495 रुपए रेंज है जी। तुसी 2-in-1 की गल कर रहे हो, मैंने तो यह जैकेट 6-in-1 लगी जाती है। हर चीज़ की फैसिलिटी है, हर चीज़ प्रोवाइड की गई है, सब कुछ प्रोवाइड कर दिता जी। देखो महाराज देखो किन्ने किन्ने सोहने स्टाइल है, 595 रेंज आ, हर तरह थोड़ा कलर मिल जाना, हर तरह स्टाइल मिलना। बाकी सब कोई नहीं, एक दो पीस देखो धंका लगे पे माल देखो जी, टू मच वरायटी आ चुकी भाजी। कैमरा मार के देख लो, गल्ला नहीं करते, कम करके दिखाई दे। गल तो बिल्कुल सही है कि तुम गल्ला नहीं मारते, बट क्वालिटी भी प्रॉपर प्रोवाइड कर दो, वो भी बजट 595 की रेंज इन्नी सोहनी जैकेट अपने घर लेके जा। देखो मैडम 995 रेंज आ गया जी, 995 खुला डोला साइज है। अच्छा मेरे वीर ज्यादा हेल्दी होंगे, उन्होंने ना साइज की प्रॉब्लम आती है, तुम्हें साइज की प्रॉब्लम आती, चुपचाप बड़े डिपो आ जाओ, अपनी चीज साइज के हिसाब से पाके चेक करके तुम लगे जाते, साइज सारे तरह की बड़े डिपो अवेलेबल है जी, सिर्फ 995 रेंज है मैडम अपने। कई दुकाना होंगे जिमें जिम्मे साइज वादे जाते हैं, वो प्राइस भी बताते हैं, कि इधर भी यही होंगे साढ़े में मत्था देखे बिंदी लाने कोई काम नहीं है, यही कि गाहक देखे रेट लाने साढ़े कम ही नहीं है। हर कि उपर टैग लगे, चाहे कोई बच्चा है चाहे चाहे जो सियाना है, हर कि उपर टैग लगे, अपनी चॉइस के अकॉर्डिंग हर तरह का पीस लेके जा सकते हैं। कोई चीज चेंज करवानी 9 तो लैके 11 बीच में चेंज करवा सकते हैं, कोई नहीं दुकान वाला करता कि 9 to 11 आवे, बड़े डिपू वाला ही है महाराज। दिल से कहते पत्थर रखे गल कहनी पैंदी है, वो बड़े डिपू में पत्थर रखे दिल से महाराज, महाराज किसी पैसा ही वापस करना सवेरे वापस कर देंगे, एडा बड़ा जिगरा चाहिए है, ये जिगरा नहीं किसी बच्चे है, बड़े डिपू में जिगरा है, करके दिखाता कम हो। मतलब हर साइज दी वड्डे तो वड्डे 5XL दे साइज दी जैकेटा दे नाल नाल वड्डे डिपू वाले दा दिल भी 5XL तो भी वड्डा है, आज तो ये गल प्रूव हो चुकी है। हेलो जी 550 बच्चे रजाई आ गए, देखो जी 550 रजाई किसी भी शहर चे 1500 तो कट नहीं मिलूगा, बट तुसी देख सकते हो कोई झूठ नहीं बोल रहे, इधर तुसी प्राइस टैग भी खोल के देख सकते हो कि सिर्फ और सिर्फ 550 दी रेंज दे विच, सिर्फ 550 दी रेंज दे विच तुसी ये टैडी फर अपने घरे लैके जा सकते हो, बिकॉज ये कपड़ा इस वेले इन्ना ट्रेंड चे है कि हर कोई पाना चाहता है, ते ठंड वेले यही रजाई का काम थोड़ा पूरा करने वाला है। मैंने जोड़े बहुत पसंद कर देखा, कपल ना पसंद कर चीजा, कुड़िया मुंडे दोनों पा सकते हैं, हर तरह की वरायटी अपने को मिल जाने, काफी कलर थोड़े मिल जाने। मैंने थोड़ा एक होर चीज दिखाने, आ देखो कोट आए लॉन्ग चलते हैं, अच्कल चलते हैं, कुड़ियां बहुत पसंद कर दें, बहुत उन्होंने फोन करके कनेडा अमेरिका भूआ तो मंगाने पैंते, भूआ कनेडा वाला मेले लेके आना तो कोट नहीं पाया, वो पप्पी के विह के पाया से, वो नाल कोट मैंने भेज दें, वो भूआ की करती है फिर पप्पी के विह वाला कोट भेज देती है, वो फिर वो चीज़ नहीं होंगी जी आप देखनी होंगी है, वो हम की करते हैं इतों बड़े डिपू आ के मारे अपने जो पप्पी के विह पाया हों कोट पैंट, वो नाल फिर बड़े डिपू ना लैके पा के फोटो खिंच के बाद भेज देंगे, वो कहती तेन तो मैं भेजें तू कितों ले आई है, वो कहती बड़े डिपू तो, कहती भूआ तेरी तो मैं रिक्वेस्ट की तो मेरी गल मनी नहीं, वो अच्छा बड़ी डिपो इन्ने इन्ने वधिया कपड़े मिलते हैं।
अच्छा अच्छा उन्हें पूछी ऑनलाइन शॉपिंग कराते हैं वो कहते कराते हैं क्या कहते लिंक भेजते हैं ऑनलाइन शॉपिंग उतो कर लिया करेंगे बारह लेने कर बारह महंगे पैदा बड़ी डिपो सस्ते मिलते हैं सो मारे एडे एडे मैं पढ़ते चक देते बड़ी डिपो देखो किन्ने किन्ने सोने कलर आ चुके हैं हर तरह का कलर लेके जा सकते मैं 2312 रेंज लेके जा सकते 2312 का अपना कनेडा बर पैंदी है इंडिया च गर्मी आने लग पैंदी देखो कपड़े इतने वधिया आ गए देखो गर्म कपड़े ने आ चुके मारे पूरा टो ठप्पा थोड़ा बांझणा मारे यूनिक यूनिक पीस है पीस आ चुके मारे जिथो लंघी दा सलामा हुंदियां ने होर भी बहुत सारिया वैरायटियां ने हाँ देखो तुम दिखाने मारे कनेडा बर पैंती होंगी है असान पैक मारा पैकिंग करते करते गर्मी आई होंगी है ठीक है इस करके प्लीज़ बहुत ज्यादा वरायटी हैगी है तुम वे डिपू आ गए तुम अपने आप कहते गर्मी नहीं आती बाहर कंट्रिया कहते एन आर आई कहते गर्मी घट आती है जिन्होंने गर्मी घट आई चुप चाप वे डिपू आए गर्मी गर्मी तुम आप ही होना मारा इतने गर्म इन्ने कपड़े वधिया आ चुके थोड़े वास्ते हर तरह थोड़ा कलर मिल जाने हर तरह थोड़ा स्टाइल मिल जाने सिर्फ 2138 रेंज है कोई 2188 रेंज है कोई 2388 रेंज हर तरह प्राइस मिल जाने मतलब मैं देख सकती हूं कि क्वालिटी इतनी सोहनी है तो जो स्टाइल ने वो भी ऐसा है जिदा फॉरेन च पाए जाते हैं तो तुम ये कपड़े बाहरों मंगाने हो नहीं साडे सीधे डायरेक्ट माल आ रहा बाहर भी वड्डे डिपो च जाता माल अच्छा वड्डे डिपो तो माल कनेडा जाता है बट कनेडा तो इधर नहीं आता काम इधरों ही चलता है काम वड्डे डिपो चलता है महाराज बूटा वड्डे डिपो लगा हुआ है इतों महाराज बाकी टाणी है सारिया देखो सर जी देखो कितना वधिया लगता कपड़ा देखो जी ਜੀ ਬਿਲਕੁਲ ਬਹੁਤ ਵਧੀਆ ਜੀ ਗੈਸ ਕਰੋ ਕਿੰਨੇ ਦਾ ਹੋਊਗਾ ਤੁਹਾਡੇ ਸਾਹਮਣੇ ਇਹ ਹੁਣ ਇਹ 3000 ਦਾ 3000 ਦਾ ਤਾਕੋ ਕਿੰਨੇ ਭਾਜੀ 2188 ਰੁਪਏ ਦਾ ਸਿੱਧਾ ਹੀ 900 ਰੁਪਏ ਦਾ ਫਰਕ ਹੀ ਬੰਦਾ ਜੇ ਗੈਸ ਵੀ ਕਰੂਗਾ ਤਾਂ ਘੱਟੋ ਘੱਟ 3-4000 ਦਾ ਤਾਂ ਇਹ ਸਟਫ ਹੈ ਤੇ ਦੇਖਣ ਨੂੰ ਵੀ ਹੈ ਬਟ ਆਪਾਂ ਦੇਖ ਸਕਦੇ ਆ ਕਿ ਬਹੁਤ ਹੀ ਸਸਤੇ ਦਾਮਾਂ ਦੇ ਵਿੱਚ ਸਾਨੂੰ ਇਹ ਮਿਲਦਾ ਪਿਆ ਉਹ ਸਾਰੇ ਭਾਈ ਸਾਹਿਬ ਆਏ ਕਹਿੰਦੇ ਮਾਰੇ ਸੰਗ ਤੁਹਾਡੇ ਕੋਲ ਖੜੇ ਗਰਮੀ ਉੱਤੇ ਲੱਗੀ ਜਾਂਦੀ ਹੈ ਮਾਰਾ ਦੇਖੋ ਇੰਨੀ ਠੰਡ ਪੈਂਦੀ ਹੈ ਕਹਿੰਦੇ ਗਰਮੀ ਸਾਨੂੰ ਉੱਤੇ ਲੱਗੀ ਜਾਂਦੀ ਹੈ ਦੇਖੋ ਮਾਰੇ ਹੀਟਰ ਵੀ ਲਾਇਆ ਪਰ ਸਾਡੇ ਕੱਪੜੇ ਹੀਟਰ ਨਾਲ ਜ਼ਿਆਦਾ ਜ਼ਿਆਦਾ ਗਰਮ ਹੈਗੇ ਦੇਖੋ ਦੇਖੋ ਹਰ ਤਰ੍ਹਾਂ ਤੁਹਾਨੂੰ ਵਰਾਇਟੀ ਮਿਲ ਜਾਣੀ ਹੈ ਤੇ ਤੁਸੀਂ ਪਲੀਜ਼ ਆਪਣੀ ਚੁਆਇਸ ਦੇ ਅਕੋਰਡਿੰਗ ਹਰ ਤਰ੍ਹਾਂ ਲੈ ਜਾਓ ਦੇਖੋ ਮੈਨੂੰ ਜੈਕਟਾਂ ਦੇਖੋ ਦਿਖਾਉਣੇ ਅੱਛਾ ਹੋਰ ਵੀ ਲੈਂਦਾ ਕੁਝ ਲਓ ਜੀ ਮਾਰੇ ਇਹ ਆ ਗਿਆ ਜੀ ਹੁੱਡੀਆਂ ਆ ਗਈਆਂ ਜੀ ਜੈਂਟਸ ਵਾਸਤੇ ਹੁੱਡੀਆਂ ਆ ਚੁੱਕੀਆਂ ਸਿਰਫ 550 ਦੀ ਰੇਂਜ ਆ ਜੀ ਇਹ ਮੈਨੂੰ ਦੇਖੋ 550 ਦੀ ਰੇਂਜ ਆ ਕੈਪ ਵਾਲੀ ਹੁੱਡੀ ਆ ਗਈ ਸਿਰਫ 550 ਦੀ ਰੇਂਜ ਆ ਬਹੁਤ ਪਿਆਰੇ ਪਿਆਰੇ ਸਟਾਈਲ ਆ ਚੁੱਕੇ ਤੁਸੀਂ ਆਪਣੀ ਚੁਆਇਸ ਦੇ ਅਕੋਰਡਿੰਗ ਹਰ ਤਰ੍ਹਾਂ ਦਾ ਕਲਰ ਹਰ ਤਰ੍ਹਾਂ ਸਟਾਈਲ ਲੈ ਕੇ ਜਾ ਸਕਦੇ ਆ ਤੁਹਾਨੂੰ ਵੱਡੇ ਡਿਪੂ ਮਿਲ ਜਾਣੇ ਆ ਇੱਥੋਂ ਜਿੱਦਾਂ ਕਰਦਾ ਖਾ ਦਿਓ ਮੈਨੇ ਸਿਰਫ 550 ਦੀ ਰੇਂਜ ਜਿਹੜਾ ਤੁਸੀਂ ਮਰਜ਼ੀ ਸਟਾਈਲ ਲੈ ਜਾਓ ਜਿਹੜਾ ਤੁਸੀਂ ਮਰਜ਼ੀ ਕਲਰ ਲੈ ਜਾਓ ਜੀ 550 ਦੀ ਰੇਂਜ ਚ ਜੀ ਦੇਖੋ ਮਮਾ 5-5 10-10 ਕਿੰਨੇ ਕਿੰਨੇ ਪੀਸ ਚਾਹੀਦੇ ਤੁਸੀਂ ਕੁਆਂਟਿਟੀ ਵਿੱਚ ਲੈ ਕੇ ਜਾ ਸਕਦੇ ਪੀਸ ਹਰ ਤਰ੍ਹਾਂ ਤੁਸੀਂ ਵਰਾਇਟੀ ਲੈ ਕੇ ਜਾ ਸਕਦੇ ਜੀ ਦੇਖੋ ਜੀ ਦੇਖੋ ਆ ਦੇਖੋ ਭਾਜੀ ਆਇਆ ਕੋ ਪਸੰਦ ਤੁਹਾਨੂੰ ਦੇਖੋ ਜੀ ਕਰੋ ਪਸੰਦ ਦੇਖੋ ਲੋਕ ਵੀ ਇੱਧਰ ਆ ਗਏ ਨੇ ਦੇਖਦੇ ਹੋਏ ਅਸੀਂ ਇੱਥੇ ਭਾਜੀ ਤੋਂ ਸਾਰੇ ਹੁੱਡੀਆਂ ਖੁਲਵਾ ਲਏ ਨੇ ਤੇ ਲੋਕਾਂ ਨੂੰ ਵੀ ਇੱਡੇ ਪਸੰਦ ਆ ਰਹੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕਿਹੋ ਜਿਹੇ ਲੱਗ ਰਹੇ ਤੁਹਾਨੂੰ ਇਹ ਹੁੱਡੀਆਂ ਪਸੰਦ ਆ ਰਹੀਆਂ ਨੇ ਵਧੀਆ ਜੀ ਮੈਡਮ ਮੈਂ ਪਹਿਲਾਂ ਵੀ ਵੀਡੀਓ ਇਹਨਾਂ ਦੀ ਨੈਟ ਤੇ ਪਾਈ ਸੀ ਮੈਂ ਵੀਡੀਓ ਦੇਖ ਕੇ ਨਵਾਂ ਸ਼ਹਿਰ ਤੋਂ ਆਇਆ ਜੀ ਅੱਛਾ ਤੁਸੀਂ ਨਵਾਂ ਸ਼ਹਿਰ ਤੋਂ ਸਪੈਸ਼ਲੀ ਆਏ ਹੋ ਪਹਿਲੀ ਵਾਰ ਆਏ ਹੋ ਕਿ ਕਾਫੀ ਟਾਈਮ ਤੋਂ ਆ ਰਹੇ ਪਹਿਲੀ ਵਾਰੀ ਫਸਟ ਟਾਈਮ ਆਏ ਜੀ ਤੇ ਤੁਹਾਨੂੰ ਕੀ ਲੱਗਦੇ ਹੈ ਹੁੱਡੀਆਂ ਦੇ ਪ੍ਰਾਈਸ ਸਟਾਰਟਿੰਗ ਪ੍ਰਾਈਸ ਕੀ ਹੋਊਗਾ ਘੱਟੋ ਘੱਟ ਮੈਡਮ ਮੇਰੀ ਰੇਂਜ ਤਾਂ 12-1500 ਦੀ ਰੇਂਜ ਆ 12-1500 ਤੇ ਹਾਂ ਜੀ ਕਿਸ ਪ੍ਰਾਈਸ ਰੇਂਜ ਦੇ ਵਿੱਚ ਸਾਨੂੰ ਇਹ ਹੁੱਡੀਆਂ ਮਿਲ ਰਹੀਆਂ ਨੇ ਇਹ ਸਾਨੂੰ ਦੇ ਰਹੇ ਸਿਰ 550 ਦੀ ਰੇਂਜ ਹੀ ਆਪਣੀ ਲੈ ਕੇ ਜਾ ਸਕਦੇ ਰੈਂਟ ਤੇ ਨਹੀਂ ਆਪਣੀ ਜਿੱਦਾਂ ਮਰਜ਼ੀ ਪਾ ਸਕਦੇ ਆ ਸਿਰਫ 550 ਦੀ ਰੇਂਜ ਤੁਸੀਂ ਦੇਖ ਸਕਦੇ ਹੋ ਕਿੰਨਾ ਫਰਕ ਹੈ ਕਿ ਸਟਾਰਟਿੰਗ ਪ੍ਰਾਈਸ ਇੰਨੀ ਵਧੀਆ ਕੁਆਲਿਟੀ ਕਿ ਪਾਜੀ ਪਹਿਲੀ ਵਾਰ ਆਏ ਨੇ ਨਵੇਂ ਸ਼ਹਿਰ ਤੋਂ ਤੇ ਉਹ ਵੀ ਕਹਿ ਰਹੇ ਨੇ ਕਿ 1500 ਤੋਂ ਸਟਾਰਟਿੰਗ ਹੈ ਬਟ ਹਰਜੀਤ ਜੀ ਸਾਨੂੰ ਦੱਸ ਰਹੇ ਨੇ ਵੱਡਾ ਡੀਪੂ ਸਿਰਫ ਔਰ ਸਿਰਫ 550 ਦੀ ਰੇਂਜ ਦੇ ਵਿੱਚ ਇਹ ਹੁੱਡੀਆਂ ਅਵੇਲੇਬਲ ਕਰ ਰਹੇ ਤੁਹਾਡੇ ਲਈ ਤੇ ਬਾਕੀ ਹੈ ਕਿ ਇੱਥੇ ਦੇਖੋ ਮੈਨੂੰ ਕਾਫੀ ਜੈਕਟਾਂ ਲੱਗੀਆਂ ਹੋਈਆਂ ਤੇ ਇੱਥੇ ਦੇਖ ਲਓ ਆ ਜੋ ਕੈਮਰਾ ਮਾਰ ਲਓ ਜਿਹੜਾ ਮੈਡਮ ਦੱਸੋ ਕਿਹੜੀ ਚੰਗੀ ਲੱਗਦੀ ਉਹ ਆਪਾਂ ਕੱਢ ਕੇ ਤੁਹਾਨੂੰ ਸ਼ੋਅ ਕਰਾਣੀ ਹੈ ਜੀ ਸ਼ਿਮਲੇ ਦੀ ਫੀਲਿੰਗ ਮਾਰੇ ਮਹਿਸੂਸ ਹੋਊਗੀ ਵੱਡੇ ਡਿਪੂ ਬੈ ਸ਼ਿਮਲੇ ਦੀ ਸ਼ਿਮਲੇ ਜਾਣਾ ਕੱਪੜੇ ਮੋਟੇ ਲੈਣੇ ਪੈਂਦੇ ਆ ਨਾ ਕਹਿੰਦੇ ਵੱਡੇ ਡਿਪੂ ਆਇਓ ਮਾਰੇ ਤੁਹਾਨੂੰ ਆਪਣੇ ਆਪ ਫੀਲਿੰਗ ਮਹਿਸੂਸ ਹੋਣ ਆਪਣੀ ਦੇਖੋ ਵਾਈਟ ਕਲਰ ਚਾਹੇ ਵਾਈਟ ਲੈ ਲਓ ਚਾਹੇ ਸਫੇਦ ਲੈ ਲਓ ਚਾਹੇ ਤੁਸੀਂ ਚਿੱਟਾ ਲੈ ਲਓ ਇਹ ਪਸੰਦ ਆ ਤੁਹਾਡੀ ਆ ਸਿਰਫ ਪੈਣਾ ਤੁਹਾਨੂੰ ਜੀ ਇਹ 795 ਰੇਂਜ ਹੋਰ ਘੱਟ ਗਿਆ ਜੀ ਪੈਸੇ ਸਿਰਫ 795 ਰੇਂਜ ਆ ਜੀ ਉਧਰ ਜਿਸ ਇਸ ਵੇਲੇ ਜਿਵੇਂ ਲੋਕੀ ਬਾਹਰ ਵੀ ਜਾ ਰਹੇ ਨੇ ਜਿਨ੍ਹਾਂ ਦੀ ਫਲਾਈਟਸ ਵਗੈਰਾ ਨਹੀਂ ਉਹ ਵੀ ਤੁਹਾਡੇ ਤੋਂ ਸ਼ਾਪਿੰਗ ਕਰਕੇ ਜਾ ਰਹੇ ਹੋਣੇ ਇਸ ਵੇਲੇ ਜਿੱਦਾਂ ਹੁਣ ਕੁੜੀਆਂ ਮੁੰਡੇ ਆਈਲੈਟਸ ਕਰਦੇ ਆ ਨਾ ਆਈਲੈਟਸ ਕਰਕੇ ਉਹਨਾਂ ਦੀ ਸ਼ਾਪਿੰਗ ਕਰਨੀ ਹੁੰਦੀ ਹੈ ਕੱਪੜੇ ਲੈਣੇ ਵਧੀਆ ਵਧੀਆ ਤੇ ਮਾਰੇ ਵੱਡੇ ਡਿਪੂ ਆਉਂਦੇ ਆ ਫਿਰ ਟਿਕਟਾਂ ਬੁੱਕ ਕਰਾ ਲੈਂਦੇ ਆ ਵੱਡੇ ਡਿਪੂ ਆ ਕੇ ਸ਼ਾਪਿੰਗ ਕਰਕੇ ਮਾਰੇ ਸਿੱਧੇ ਪਾਰਸਲ ਇੱਥੋਂ ਜਾਣ ਲੱਪਾਂ ਦੇ ਬਾਹਰ ਨੂੰ ਤੇ ਬਹੁਤ ਫਾਇਦਾ ਹੋ ਰਿਹਾ ਸਾਰਿਆਂ ਨੂੰ ਕੁੜੀਆਂ ਮੁੰਡਿਆਂ ਨੂੰ ਜੀ ਮਤਲਬ ਜਿਹੜਾ ਟ੍ਰੈਂਡ ਇਸ ਵੇਲੇ ਕੈਨੇਡਾ 'ਚ ਫਾਲੋ ਹੋ ਰਿਹਾ ਉਹ ਵੱਡੇ ਡਿਪੂ ਦਾ ਹੋ ਰਿਹਾ ਮਾਰੇ ਬਾਰੇ ਪਾਸੇ ਵੱਡਾ ਡਿਪੂ ਹੋਈ ਪਈ ਹੁਣ ਤਾਂ ਮਾਰੇ ਬੱਸਾਂ ਵਾਲੇ ਲੱਪਾਂ ਕਰਨ ਵੱਡਾ ਡਿਪੂ ਜੋ ਕਿਸੇ ਬੰਗਾ ਸ਼ਾਇਦ ਨਹੀਂ ਪਤਾ ਲੱਗਦਾ ਨਾ ਵੱਡੇ ਡਿਪੂ ਦਾ ਜ਼ਰੂਰ ਪਤਾ ਲੱਗ ਗਿਆ ਕਿ ਬੰਡਾ ਵੱਡਾ ਡਿਪੂ ਹੈਗਾ ਬੰਗਿਆਂ ਦੇ ਵਿੱਚ ਹੈਗਾ ਜੀ ਇਹ ਹੋਰ ਕੀ ਹੋਰ ਕਿਸ ਤਰ੍ਹਾਂ ਦੀ ਵੈਰਾਈਟੀਆਂ ਅਵੇਲੇਬਲ ਵੈਰਾਈਟੀ ਮੈਨੇ ਬਹੁਤ ਜ਼ਿਆਦਾ ਆਇਆ ਤੁਹਾਨੂੰ ਦਿਖਾਤਾ ਗਰਮੀ ਗਰਮੀ ਅਸੀਂ ਹੋ ਗਏ ਮਹਾਰਾਜ ਤੁਸੀਂ ਇੱਕ ਆਏ ਬੇਟਾਈਮੀ ਜੀ ਹੁਣ ਕੀ ਕਰੀਏ ਮਹਾਰਾਜ ਤੁਸੀਂ ਇੰਨੀ ਦੂਰੋਂ ਚੱਲ ਕੇ ਅਸੀਂ ਨਾ ਵੀ ਤੁਹਾਨੂੰ ਕਰ ਸਕਦੇ ਹਾਂ ਨਾ ਤੇ
हाँ जी आ देखो महाराज यदा प्राइस थोड़ा पैना जी ये 1495 रेंज कल अपने घट रेंज हैगी रेंज अपने वाद वाली भी हैगी है बाकी पसंद थोड़ी है कहते जिन्ना क गुड़ पाओ उन्ना क मिठा हो जाता सब को गुड़ घट पाना मिठा ज्यादा हो जाए जी पैसे घट लाने चीज़ थोड़ा वधिया मिल जाने देखो पैसे घट चीज़ वधिया देखो चिट्टी फर आ गई महाराज कश्मीरी भेड़ की ऑन लगी हुई है बकायदा पर हर तरह थोड़ा इतना वरायटी मिल जानी है कलर जो मर्जी लाओ जो मर्जी साइज लाओ जी मर्जी तुम रेंज लैके जा सकते इतों तो बाकी उत्तर देखो मेला लगा पाया जेडे ना शौकीन कुड़ियां मुंडे है जो रोज़ जराबा की तरह जैकटा बदलते हैं महाराज बड़े डिपू आकर जैकटा लेके जा सकते हैं तुम हर तरह इतने वरायटी लैके जाते हैं जराबा ना भी सस्ती थोड़ा जैकटा मिल जानी बड़े डिपू तो हकीकत है भी हकीकत है मैं कह रहा हकीकत है महाराज चैक करके देखो बड़े डिपू का रेट ना बड़ा डिपू आ तो रेट निके निके है महाराज ता ही कले कले बच्चे सुपने चाहता और बीबिया कहें रात में साढ़े चल साढ़े सुपने बड़े डिपू आ बच्चों के भी रात में कहते सुपने बैठना कहते अभी मुंडा बढ़ाने लगा रात में कले बोलते रहता बद्दा दीपू इदा करते रहता फिर कहते दसली पुत सौ जा तू रात में बड़े डिपू करते रहना वो कहें फिर सू दसा कि लगे कहें भरावा साढ़े तो कहते न्याण के सुपने बड़े डिपू आने लग पे साढ़े आने आने मैं कहो कहते वो कहते थोड़ी सारी जारी कहीं वीडियो देखते रहते कहते नैट से बैठा हो कहती बड़े डिपू कड़ के ला दिया कहीं सूटे थोड़े देखते रहता एड्डा बड़ा बड़ा डिपू मम्मी तुम ध्यान ना जाओ कहते गवाच ना जाओ कहते 895 जैकेट मैं थोड़ा दावा करता है जो थोड़ा यही जैकेट थोड़ा बारहों कितने मिल गई 895 से तुम मेरे तो फ्री लै जाओ ठीक है ये थोड़ा 2025 घट नहीं देनी जो आप 895 दे रहे हैं ठीक है ये जैकेट देखा चंगी तरह कैमरा मार के चेक कर लो एक करी देखो कितनी प्यारी जैकेट वा जैप लगी हो बकायदा ये इन साइड फर भी लगी हो तो पॉकेट नाल हैगी है जिदा मर्जी तुम मूवी रेड़ी पाओ चाहे पैसे पाओ साइड से देखो पॉकेट नाल जैप लगी हुई है थोड़ा फायदा फायदा देखो तुम चक के दिखाना पीस देखना डीसेंट जहा पीस है यूनीक जहा पीस है ये चीज़ा थोड़ा नहीं मैनी जो थोड़ा बड़े डिपू वाले थोड़ा गिफ्ट दे रहे हैं फ्री फ्री च ਲੋ ਹਜੀ ਜੀ ਕਹਿ ਰਹੇ ਨੇ ਤੁਸੀਂ ਜੇ ਇਹੀ ਜੈਕਟ ਤੁਸੀਂ ਸਸਤੇ ਦਾਮ ਦੇ ਵਿੱਚ ਲੈ ਕੇ ਆ ਗਏ ਤਾਂ ਤੁਹਾਨੂੰ ਇਹ ਜੈਕਟ ਮੁਫਤ ਮਿਲੂਗੀ ਤੇ ਹਜੀ ਜੀ ਮੈਨੂੰ ਪਤਾ ਲੱਗਿਆ ਕਿ ਤੁਸੀਂ ਮੁਫਤ ਦੇ ਵਿੱਚ ਘੜੀਆਂ ਦੇ ਜਾਂਦੇ ਹੋ ਕੱਪੜੇ ਦੇ ਜਾਂਦੇ ਹੋ ਮੈਂ ਸੁਣਿਆ ਸੀ ਕਿਸੇ ਤੋਂ ਤੇ ਇਹ ਕੀ ਵੀ ਮਤਲਬ ਕੀ ਸੀਨ ਕੀ ਇਸ ਚੀਜ਼ ਦਾ ਇਹ ਮੈਨਾਂ ਸਾਨੂੰ ਪਤਾ ਇਹ ਚੀਜ਼ ਤੇ ਪੜਦਾ ਰੱਖਿਆ ਵੱਡੀ ਪੁੰ ਦਿੰਦੇ ਹੈਗੇ ਆ ਜਰੂਰ ਦਿੰਦੇ ਆ ਪਰ ਇਹ ਮਾਰੇ ਪੜਦਾ ਆ 5-5 10-10 ਰੁਪਏ ਦੇ ਮਾਰੇ ਸਾਰੇ ਫ੍ਰੀ ਦੇਈ ਜਾਂਦੇ ਆ ਸਾਰਿਆਂ ਨੂੰ ਪੜਦਾ ਕਿਉਂ ਰੱਖਿਆ ਹੋਇਆ ਮਤਲਬ ਕਾਰਨ ਕੀ ਹੈ ਤੇ ਕਿਵੇਂ ਫ੍ਰੀ ਦਿੰਦੇ ਹੋ ਤੇ ਮੈਨਾਂ ਸਾਡੇ ਜੋ ਰੇਟ ਹੈ ਮਾਰੇ ਪੜਦੇ ਵਾਲੇ ਆ 5-10 ਰੁਪਏ 20 ਰੁਪਏ ਮਾਰਜਨ ਵੇਚੀ ਜਾਂਦੇ ਜਿੱਦਾਂ ਉਹਨੇ 10-20 ਰੁਪਏ ਉੱਪਰ ਲੈ ਕੇ ਸੇਲ ਕਰੀ ਜਾਂਦੇ ਹਾਂ ਕੁਆਂਟਿਟੀ ਮਾਲ ਵੇਚੀਦਾ ਇੱਕ ਪੀਸ ਵੇਚਣ ਦੇ ਅਸੀਂ ਸ਼ਮਤਾ ਹੀ ਰੱਖਦੇ ਹਾਂ ਕਿ ਟੂ ਮੱਚ ਵਰਾਇਟੀ ਸੇਲ ਕਰੀ ਦੀ ਡੇਲੀ ਡੇਲੀ ਮਤਲਬ ਕੋਈ ਵੀ ਸਿੰਗਲ ਜੇ ਇੱਕ ਵਾਰੀ ਜਿਹੜਾ ਇਸ ਵਾਰੀ ਇੱਥੇ ਆ ਚੁੱਕੇ ਆ ਉਹ ਸਿੰਗਲ ਵਰਾਇਟੀ ਪੀਸ ਨਹੀਂ ਲੈ ਕੇ ਜਾਂਦਾ ਉਹ ਬਲਕ 'ਚ ਸਮਾਨ ਲੈ ਕੇ ਜਾਂਦਾ ਅਤੇ ਇਹਨਾਂ ਦਾ ਸਮਾਨ ਵੀ ਬਲਕ 'ਚ ਆਉਂਦਾ ਅਤੇ ਜਿਵੇਂ ਕਿ ਤੁਸੀਂ ਦੇਖਿਆ ਵੱਡੇ ਡਿਪੂ ਦੇ ਅੰਦਰ ਹਰ ਚੀਜ਼ ਤੁਹਾਨੂੰ ਸਸਤੀ ਮਿਲੂਗੀ ਕਿਸੇ ਚੀਜ਼ ਨਾਲ ਕਿਸੇ ਤਰ੍ਹਾਂ ਦਾ ਕੰਪਰੋਮਾਈਜ਼ ਨਹੀਂ ਆ ਬਜਟ ਫਰੈਂਡਲੀ ਚੀਜ਼ਾਂ ਮਿਲਣਗੀਆਂ ਤੁਸੀਂ ਜਿੱਧਰ ਵੀ ਦੇਖੋਗੇ ਜਿੱਧਰ ਵੀ ਤੁਹਾਡੀ ਨਿਗਾਹ ਜਾਊਗੀ ਹਰ ਪਾਸੇ ਤੁਹਾਨੂੰ ਸਿਰਫ ਔਰ ਸਿਰਫ ਜੈਕਟਾਂ ਹੀ ਨਜ਼ਰ ਆਊਗੀ ਬਹੁਤ ਠੰਡ ਦਾ ਮੌਸਮ ਹੈ ਕੁੜੀਆਂ ਤੋਂ ਲੈ ਕੇ ਮੁੰਡਿਆਂ ਤੱਕ ਬੱਚਿਆਂ ਦੀ ਅਤੇ ਵੱਡਿਆਂ ਦੀ ਵੀ ਹਰ ਕੋਈ ਬੰਦਾ ਮੋਟੇ ਤੋਂ ਮੋਟਾ ਪਤਲੇ ਤੋਂ ਪਤਲਾ ਬੰਦਾ ਇੱਥੇ ਆ ਕੇ ਆਪਣੀ ਪਸੰਦ ਦੀ ਜੈਕਟਾਂ ਲੈ ਕੇ ਜਾ ਸਕਦਾ ਅਤੇ ਉਹ ਵੀ ਸਸਤੇ ਦਾਮਾਂ ਦੇ ਵਿੱਚ ਮੈਂ ਨੰਦਨੀ ਅਰੋੜਾ ਹਕੀਕਤ ਟੀਵੀ ਪੰਜਾਬੀ